ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਊਸ਼ਾ ਆ ਅਤੇ ਮੈਂ ਇੰਗਲੈਂਡ ਤੋਂ ਬੋਲ ਰਹੀ ਹਾਂ। ਜਿੱਦਾਂ ਮੈਨੂੰ ਹੀਲਿੰਗ ਮਿਲੀ ਆ ਪਾਸਟਰ ਸੁਖਪਾਲ ਰਾਣਾ ਉਹਨਾਂ ਦੀ ਸਰਮਨ ਤੋਂ ਮੈਨੂੰ ਹੀਲਿੰਗ ਮਿਲੀ। ਮੈਂ ਇਹਨਾਂ ਦੀ ਮਿਨਿਸਟਰੀ ਨੂੰ 6 ਮਹੀਨੇ ਹੋ ਗਏ ਆ ਜੁਆਇਨ ਕੀਤਾ ਆ। ਹਰ ਰੋਜ਼ ਅਸੀਂ ਸੁਣਦੇ ਹਾਂ ਜਦੋਂ ਵੀ ਪਾਸਟਰ ਉਹਨਾਂ ਦਾ ਆਉਂਦਾ ਆ, ਪ੍ਰੋਗਰਾਮ ਆਉਂਦਾ ਆ ਹੀਲਿੰਗ ਵਾਲਾ ਜਾਂ ਸਰਮਨ ਆਉਂਦਾ ਆ ਜਾਂ ਗੀਤ ਗਾਉਂਦੇ, ਬਹੁਤ ਵਧੀਆ ਅਤੇ ਸਾਨੂੰ ਬਹੁਤ ਬਲੈਸਿੰਗ ਮਿਲਦੀ ਆ। ਅਤੇ ਅਸੀਂ ਮੈਂ ਬਹੁਤ ਇੰਟਰਸਟਿਡ ਹਾਂ ਅਤੇ ਖੁਦਾਵੰਦ ਨੇ ਮੈਨੂੰ ਇਹਨਾਂ ਦੇ ਥਰੂ ਹੀਲਿੰਗ ਵੀ ਦਿੱਤੀ ਆ। ਪਾਮ ਸੰਡੇ ਜਦੋਂ ਪਾਸਟਰ ਜੀ ਬਚਨ ਸੁਣਾ ਰਹੇ ਸੀਗੇ ਅਤੇ ਉੱਦਣ ਜਦੋਂ ਫਿਰ ਬਚਨ ਅਸੀਂ ਬਹੁਤ ਖਿਆਲ ਨਾਲ ਸੁਣਿਆ, ਫਿਰ ਜਦੋਂ ਅਸੀਂ ਜਿੱਦਾਂ ਮੇਰੇ ਦਿਲ 'ਚ ਆਇਆ ਜਦੋਂ ਪਾਸਟਰ ਜੀ ਕਹਿੰਦੇ ਵੀ ਹੁਣ ਮੈਂ ਦੁਆ ਕਰਾਂਗਾ ਸਾਰਿਆਂ ਲਈ ਹੀਲਿੰਗ ਵਾਸਤੇ ਅਤੇ ਖੁਦਾਵੰਦ ਤੁਹਾਨੂੰ ਹੀਲਿੰਗ ਕਰੇਗਾ। ਅਤੇ ਉੱਦਣ ਕਦੀ ਵੀ ਪਹਿਲਾਂ ਮੈਂ ਗੋਡਨੇ ਸੀ ਟੇਕੇ, ਉੱਦਣ ਮੇਰੇ ਪਤਾ ਨਹੀਂ ਕੀ ਦਿਲ 'ਚ ਆਇਆ ਮੈਂ ਗੋਡਨੇ ਟੇਕ ਲਏ ਅਤੇ ਮੈਂ ਪ੍ਰੇ ਦੇ ਵਿੱਚ ਜੁਆਇਨ ਕੀਤਾ ਪਾਸਟਰ ਹੁਣਾਂ ਨੂੰ। ਤਾਂ ਉਹਨਾਂ ਨੇ ਜਦੋਂ ਉਹ ਕਹਿੰਦੇ ਸੀ ਮੈਂ ਦਿਲ ਦੇ ਮਰੀਜ਼ਾਂ ਲਈ ਹੀਲਿੰਗ ਮੰਗਦਾ, ਉਹਨਾਂ ਦੇ ਦਿਲ ਹੀਲ ਹੋ ਰਹੇ ਆ ਜਾਂ ਘੁਟਨੇ ਜਾਂ ਗੋਡੇ ਜਿਨ੍ਹਾਂ ਦੇ ਦੁੱਖ ਦੇ ਉਹਨਾਂ ਦੇ ਹੀਲ ਹੋ ਰਹੇ ਆ, ਮੈਂ ਉਹਨਾਂ ਦੇ ਲਫ਼ਜ਼ਾਂ ਨੂੰ ਰਿਸੀਵ ਕੀਤਾ ਅਤੇ ਮੇਰੇ ਜਿੱਦਾਂ ਉੱਦਣ ਹੀ ਮੈਨੂੰ ਉਦੋਂ ਹੀ ਉਸੇ ਵਕਤ ਇੰਸਟੈਂਟਲੀ ਮੈਨੂੰ ਫੀਲ ਹੋਇਆ ਮੇਰਾ ਦਿਲ ਜਿਹੜਾ ਉਹ ਬਿਲਕੁਲ ਠੀਕ ਹੋ ਰਿਹਾ ਹੋ ਗਿਆ। ਅਤੇ ਬਾਅਦ ਵਿੱਚ ਫਿਰ ਮੇਰੇ ਗੋਡੇ ਜਿਹੜੇ ਆ ਗਿੱਟੇ ਆ ਜਿਹੜੇ ਸਪੈਸ਼ਲੀ ਮੇਰੇ ਪੈਰ ਤਾਂ ਮੇਰੇ ਗਿੱਟੇ ਬਹੁਤ ਦੁਖਦੇ ਹੁੰਦੇ ਸੀਗੇ, ਜਿੱਦਾਂ ਮੈਂ ਭਾਰ ਨਹੀਂ ਸੀ ਉੱਤੇ ਪਾ ਸਕਦੀ, ਤੁਰ ਨਹੀਂ ਸੀ ਸਕਦੀ ਅਤੇ ਮੇਰੀ ਲਾਈਫ ਬਹੁਤ ਮਿਜ਼ਰੇਬਲ ਸੀਗੀ। ਅਤੇ ਮੈਂ ਉੱਧਰ ਰਿਸੀਵ ਕੀਤਾ ਅਤੇ ਉੱਧਰ ਮੈਨੂੰ ਕੰਪਲੀਟ ਹੀਲਿੰਗ ਮਿਲ ਗਈ। ਅਤੇ ਜਿਹੜੀ ਦਿਲ ਦੀ ਪ੍ਰੋਬਲਮ ਸੀ ਉਹਦਾ ਉਹਦੇ ਉਸ ਵਾਸਤੇ ਮੈਨੂੰ ਰਾਤ ਨੂੰ ਮਸ਼ੀਨ ਲਾਉਣੀ ਪੈਂਦੀ ਸੀਗੀ ਅਤੇ ਉਹ ਮੇਰੇ ਦਿਲ ਨੂੰ ਜਿੱਦਾਂ ਵੀ ਸਹੀ ਚਲਾਵੇ, ਮੈਨੂੰ ਕੋਈ ਪ੍ਰੋਬਲਮ ਨਾ ਆਵੇ। ਅਤੇ ਉਹ ਮਸ਼ੀਨ ਲੈਂਦੀ ਨੂੰ ਮੈਨੂੰ 1.5 ਸਾਲ ਹੋ ਗਿਆ ਸੀਗਾ ਅਤੇ ਮੈਂ ਉਹਦੇ ਤੋਂ ਬਹੁਤ ਤੰਗ ਸੀ, ਮੈਂ ਲਾਈਕ ਨਹੀਂ ਸੀ ਕਰਦੀ। ਤਾਂ ਮੈਂ ਹੀਲਿੰਗ ਵਾਸਤੇ ਜਿੱਦਾਂ ਵੇਟ ਕਰਦੀ ਸੀ ਵੀ ਖੁਦਾਵੰਦ ਮੈਨੂੰ ਕਿਸੇ ਨਾ ਕਿਸੇ ਦਿਨ ਹੀਲ ਜ਼ਰੂਰ ਕਰੇਗਾ ਕਿ ਮੈਂ ਉਹਨਾਂ ਦੇ ਹੀ ਹੁਣ ਕੰਮ ਕਰਨੇ ਤਾਂ ਹੀਲ ਜ਼ਰੂਰ ਕਰੂੰਗਾ। ਤਾਂ ਉਦਣ ਪਾਮ ਸੰਡੇ ਵਾਲੇ ਦਿਨ ਉਹ ਦਿਨ ਆ ਗਿਆ ਜਦੋਂ ਮੈਂ ਹੀਲਿੰਗ ਮੈਨੂੰ ਮਿਲ ਗਈ ਅਤੇ ਮੈਨੂੰ ਮੈਂ ਬਹੁਤ ਖੁਸ਼ ਹਾਂ ਹੁਣ। ਅਤੇ ਮੈਂ ਸ਼ੁਕਰ ਕਰਦੀ ਖੁਦਾਵੰਦ ਯਿਸੂ ਮਸੀਹ ਦਾ, ਸ਼ੁਕਰ ਕਰਦੀ ਉਹਨਾਂ ਦੇ ਦਾਸ ਦਾ ਫਾਦਰ ਸੁਖਪਾਲ ਰਾਣੇ ਦਾ ਜੋ ਬਹੁਤ ਵਧੀਆ ਤਰੀਕੇ ਦੇ ਨਾਲ ਬਹੁਤ ਹੌਲੀ ਪਾਸਟਰ ਆ। ਮੈਂ ਉਹਨਾਂ ਤੋਂ ਬਹੁਤ ਖੁਸ਼ ਹਾਂ ਖੁਦਾਵੰਦ ਦਾ, ਸ਼ੁਕਰ ਕਰਦੀ ਉਹਨਾਂ ਦੀ ਜ਼ਿੰਦਗੀ ਵਾਸਤੇ। ਅਤੇ ਖੁਦਾਵੰਦ ਨੇ ਮੈਨੂੰ ਇੱਥੇ, ਉਹ ਇੰਡੀਆ 'ਚ ਸੀ ਮੈਂ ਇੱਥੇ ਇੰਗਲੈਂਡ ਵਿੱਚ ਸੀ, ਤਾਂ ਮੈਨੂੰ ਇੱਥੇ ਹੀਲਿੰਗ ਮੇਰੇ ਹਾਰਟ ਦੀ ਪ੍ਰੋਬਲਮ ਅਤੇ ਮੇਰੇ ਗੋਡਿਆਂ ਦੀ ਪ੍ਰੋਬਲਮ ਸਾਰੀ ਚੱਲ ਗਈ। ਹੁਣ 4 ਜਿੱਦਾਂ ਹਫ਼ਤੇ ਹੋਣ ਲੱਗੇ ਆ ਮੈਂ ਮਸ਼ੀਨ ਨਹੀਂ ਲਈ ਅਤੇ ਮੇਰੇ ਗੋਡੇ ਨਹੀਂ ਦੁਖੇ, ਗਿੱਟੇ ਨਹੀਂ ਦੁਖੇ, ਤਾਂ ਮੈਂ ਬਿਲਕੁਲ ਨੋਰਮਲ ਆ। ਅਤੇ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ, ਧੰਨਵਾਦ ਕਰਦੀ ਹਾਂ। ਅਤੇ ਮੈਂ ਬਹੁਤ ਨੋਰਮਲ ਹੋ ਗਈ ਹਾਂ ਹੁਣ। ਮੇਰਾ ਜਦੋਂ ਓਪਰੇਸ਼ਨ ਹੋਇਆ ਸੀ 5 ਸਾਲ ਪਹਿਲਾਂ, ਉਦੋਂ ਮੈਂ ਬਹੁਤ ਜਿੱਦਾਂ ਉਦੋਂ ਜਿੱਦਾਂ 5 ਸਾਲ ਮੈਂ ਦੁਖੀ ਰਹੀ ਹਾਂ ਇਸ ਪ੍ਰੋਬਲਮ ਤੋਂ, ਹਾਰਟ ਪ੍ਰੋਬਲਮ ਤੋਂ, ਜੇ ਲੱਤਾਂ ਦੀਆਂ ਪ੍ਰੋਬਲਮਸ ਤੋਂ। ਅਤੇ ਮੈਨੂੰ ਹੁਣ ਜਿੱਦਾਂ ਹੁਣ ਪੂਰੀ ਨਿਕੰਮਲ ਸ਼ਿਫਾ ਪਾਮ ਸੰਡੇ ਮਿਲ ਗਈ। ਮੈਂ ਬਹੁਤ ਸ਼ੁਕਰ ਕਰਦੀ ਆਪਣੇ ਖੁਦਾਵੰਦ ਜਿੰਦੇ ਯਿਸੂ ਮਸੀਹ ਦਾ ਅਤੇ ਆਪਣੇ ਭਰਾ ਦਾ, ਆਪਣੇ ਫਾਦਰ ਦਾ ਜੋ ਸੁਖਪਾਲ ਰਾਣੇ ਹੋਣੀ ਆ, ਉਹਨਾਂ ਨੂੰ ਖੁਦਾਵੰਦ ਉਹਨਾਂ ਨੂੰ ਬਲੈਸ ਕਰੇ ਉਹਨਾਂ ਦੀ ਜ਼ਿੰਦਗੀ ਵਾਸਤੇ। ਮੈਂ ਖੁਦਾ ਦਾ ਸ਼ੁਕਰ ਕਰਦੀ, ਉਹਨਾਂ ਦੇ ਪਰਿਵਾਰ ਦਾ ਸ਼ੁਕਰ ਕਰਦੀ ਹਾਂ, ਮੈਂ ਧੰਨਵਾਦ ਕਰਦੀ ਹਾਂ ਖੁਦਾਵੰਦ ਦਾ ਵੀ। ਅਤੇ ਖੁਦਾਵੰਦ ਸਾਰਿਆਂ ਨੂੰ ਜਿੱਦਾਂ ਮੇਰੇ ਲਈ ਖੁਦਾਵੰਦ ਇੰਨਾ ਵੱਡਾ ਕੰਮ ਕਰ ਸਕਦਾ, ਮੈਂ ਇੰਗਲੈਂਡ ਸੀ ਤਾਂ ਪਾਸਟਰ ਹੁਣ ਇੰਡੀਆ 'ਚ ਆ, ਅਤੇ ਹੋਰ ਵੀ ਸਾਰਿਆਂ ਲਈ ਕਰ ਸਕਦਾ ਸਾਡਾ ਜਿੰਦਾ ਖੁਦਾ। ਅਤੇ ਮੈਂ ਇਨਕਰੇਜ ਕਰੂੰਗੀ ਤੁਸੀਂ ਪ੍ਰੋਗਰਾਮ ਸੁਣਿਆ ਕਰੋ, ਜੋ ਵੀ ਤੁਹਾਡੀ ਪ੍ਰੋਬਲਮ ਹੈ ਖੁਦਾਵੰਦ ਯਿਸੂ ਮਸੀਹ ਦੂਰ ਕਰੇਗਾ ਜਿੱਦਾਂ ਮੇਰੀ ਕੀਤੀ ਆ। ਮੈਂ ਖੁਦਾਵੰਦ ਯਿਸੂ ਮਸੀਹ ਦਾ ਸ਼ੁਕਰ ਕਰਦੀ ਹਾਂ ਅਤੇ ਮੈਂ ਸਾਰਿਆਂ ਨੂੰ ਜੈ ਮਸੀਹ ਦੀ ਕਹਿੰਦੀ। ਦੇਖੋ ਕੈਸੇ ਪਰਮੇਸ਼ੁਰ ਨੇ ਆਨਲਾਈਨ ਪ੍ਰਾਰਥਨਾ ਕੇ ਦੁਆਰਾ ਕੀਆ ਕਾਮ। ਜੋ ਬਹਿਨ ਇਤਨੇ ਸਾਲੋਂ ਸੇ ਗੁਟਨੋ ਔਰ ਏੜੀਓਂ ਕੀ ਦਰਦ ਸੇ ਔਰ ਹਾਰਟ ਕੀ ਪ੍ਰੋਬਲਮ ਸੇ ਪਰੇਸ਼ਾਨ ਥੀ, ਉਸਕਾ ਓਪਰੇਟ ਹੁਆ ਥਾ ਔਰ ਰੋਜ਼ ਰਾਤ ਕੋ ਮਸ਼ੀਨ ਲਗਤੀ ਥੀ ਜਿਸਸੇ ਉਸਕੋ ਬਹੁਤ ਘਬਰਾਹਟ ਹੋਤੀ ਥੀ। ਕੈਸੇ ਪਰਮੇਸ਼ੁਰ ਨੇ ਆਨਲਾਈਨ ਪ੍ਰਾਰਥਨਾ ਕੇ ਦੁਆਰਾ ਉਸਕੋ ਚੰਗਾ ਕੀਆ। ਅਗਰ ਆਪ ਵੀ ਚਾਹਤੇ ਹੋ ਕਿ ਹਮ ਵੀ ਆਪਣੀ ਪ੍ਰੋਬਲਮ ਸੇ, ਚਾਹੇ ਵੋ ਕੈਸੀ ਵੀ ਪ੍ਰੋਬਲਮ ਕਿਉਂ ਨਹੀਂ, ਉਸਸੇ ਡਿਲੀਵਰੈਂਸ ਲੈਣਾ ਚਾਹਤੇ ਹੋ तो हमारी मीटिंग्स को ऑनलाइन देखिए और प्रार्थना को रिसीव कीजिए। अगर फिर भी आपको कोई समझ नहीं आ रही या आप बहुत सालों से दुखी हो या परेशान हो, तो ये हमारे हेल्पलाइन नंबर से आप कॉन्टैक्ट करो और आपकी कैसी भी मुश्किल हो 100% जाएगी। आमीन, हालेलुया।